ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਡਾਕਟਰ ਗੁਰਸਰਨ ਕੌਰ ਸਿੱਧੂ ਜੀ ਨਾਲ, ਜੋ ਕਿ ਸਿੱਧੂ ਨਰਸਿੰਗ ਕਾਲਜ ਵਿਖੇ ਇਹੋ ਜਿਹੇ ਅਟਰੈਕਟਿਵ ਕੋਰਸ ਲੈ ਕੇ ਆਏ ਹਨ ਜਿਨ੍ਹਾਂ ਨਾਲ ਬੱਚੇ ਹਿੰਦੁਸਤਾਨ ਵਿੱਚ ਰਹਿ ਕੇ ਮੈਡੀਕਲ ਪ੍ਰੋਫੈਸ਼ਨ ਨਾਲ ਜੁੜ ਸਕਦੇ ਹਨ, ਅਤੇ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜਨ ਲਈ ਕਿਹਾ ਗਿਆ ਅਤੇ ਬਾਰਡਰ ਉੱਤੇ ਕੈਂਪ ਲਗਾਉਣ ਬਾਰੇ ਵੀ ਦੱਸਿਆ ਗਿਆ। ਸਿੱਧੂ ਹਸਪੀਟਲ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾਵਾਂ ਮਰੀਜ਼ਾਂ ਨੂੰ ਦੇ ਰਿਹਾ ਹੈ, ਅਤੇ ਸਾਡੀ ਪੰਜਾਬ ਪੁਲਿਸ ਟੀਮ ਨੇ ਮੈਡਮ ਗੁਰਸਰਨ ਕੌਰ ਸਿੱਧੂ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਪੇਸ਼ ਹੈ ਪੰਜਾਬ ਪੁਲਿਸ ਟੀਮ ਵੱਲੋਂ ਇਸ ਸੰਬੰਧੀ ਇੱਕ ਰਿਪੋਰਟ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਜਿਸੇ ਤੁਹਾਨੂੰ ਮਿਲਾਉਣ ਜਾ ਰਹੇ ਡਾਕਟਰ ਕਿਸ਼ਨ ਸਿੱਧੂ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਸਿੱਧੂ ਹਸਪੀਟਲ ਦੇ ਵਿੱਚ, ਔਰ ਹੁਣ ਇਹਨਾਂ ਦਾ ਨਵਾਂ ਮੀਲ ਪੱਥਰ ਜਿਹੜਾ ਸਿੱਧੂ ਨਰਸਿੰਗ ਕਾਲਜ ਦੇ ਵਿੱਚ ਇਹੋ ਜਿਹੇ ਕ੍ਰੀਏਟਿਵ ਕੋਰਸ ਲੈ ਕੇ ਆਏ ਨੇ ਜਿਨ੍ਹਾਂ ਦੇ ਨਾਲ ਕਿ ਬੱਚੇ ਜਿਹੜੇ ਹੈਗੇ ਆ ਉਹ ਹਿੰਦੁਸਤਾਨ ਦੇ ਵਿੱਚ ਰਹਿ ਕੇ ਹੀ ਆਪਣੇ ਮੈਡੀਕਲ ਪ੍ਰੋਫੈਸ਼ਨ ਨਾਲ ਜੁੜ ਸਕਦੇ ਆ, ਔਰ ਆਪਣੇ ਚਾਅ ਜਿਹੜੇ ਲੋਕ ਡਾਕਟਰ ਨਹੀਂ ਬਣ ਸਕੇ, ਪ੍ਰੀ ਮੈਡੀਕਲ ਕਰ ਗਏ ਜਾਂ ਪਲੱਸ ਟੂ ਮੈਡੀਕਲ ਕਰ ਗਏ ਡਾਕਟਰ ਨਹੀਂ ਬਣ ਸਕੇ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਡਾਕਟਰ ਬਣਨ ਦਾ ਖਦਸ਼ਾ ਸੀਗਾ ਵੀ ਅਸੀਂ ਵੀ ਡਾਕਟਰ ਬਣੀਏ, ਲੇਕਿਨ ਉਹ ਹੈਲਥ ਸੇਵਾਵਾਂ ਨਾਲ ਉਵੇਂ ਜੁੜ ਸਕਦੇ ਆ। ਟਸੋ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਬਹੁਤ ਵੱਡਾ ਇੱਕ ਜਿਹੜਾ ਸਟੈਪ ਹੈਗਾ ਉਹ ਲਿਆ, ਕਿਉਂਕਿ ਜੀ ਐੱਨ ਐੱਮ ਨਰਸਿੰਗ ਔਰ ਬੀ ਐੱਸ ਸੀ ਨਰਸਿੰਗ ਤਾਂ ਕਾਫੀ ਦੇਰ ਤੋਂ ਚੱਲ ਰਹੇ ਸੀਗੇ ਜਿਹੜੇ ਸੀਗੇ ਡਿਗਰੀ ਕੋਰਸਿਸ, ਪਰ ਹੁਣ ਇੱਕ ਛੋਟੇ ਡਿਪਲੋਮਾ ਕੋਰਸਿਸ ਜਿਹੜੇ 2 ਸਾਲ ਦੇ ਡਿਪਲੋਮਾ ਕੋਰਸਿਸ ਨੇ, ਜਿਹਦੇ ਵਿੱਚ ਤੁਸੀਂ ਵੱਖ ਵੱਖ ਵਰਾਇਟੀ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਤੁਸੀਂ ਪਾਰਟੀਸਿਪੇਟ ਕਰ ਸਕਦੇ ਹੋ, ਕਿਉਂਕਿ ਬਾਹਰ ਵੀ ਜਦੋਂ ਲੋਕ ਜਾਂਦੇ ਨੇ ਤਾਂ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਚੀਜ਼ਾਂ ਦਾ, ਕੋਈ ਜ਼ਰੂਰੀ ਨਹੀਂ ਕਿ ਏ ਐੱਨ ਐੱਮ ਜੀ ਐੱਨ ਐੱਮ ਜਾਂ ਬੀ ਐੱਸ ਸੀ ਨਰਸਿੰਗ ਹੋਵੇ, ਉਹ ਤਾਂ ਹੈ ਹੀ ਹੈ, ਉਹਦੀ ਆਪਣੀ ਇੱਕ ਜਗ੍ਹਾ ਹੈ, ਪਰ ਜਿਸ ਤਰ੍ਹਾਂ ਡਿਪਲੋਮਾ ਹੈ, ਡਿਪਲੋਮਾ ਇਨ ਓਪਰੇਸ਼ਨ ਥੀਏਟਰ ਟ੍ਰੇਨਿੰਗ, ਡਿਪਲੋਮਾਜ਼ ਇਨ ਐਨਸਥੀਜ਼ੀਆਜ਼, ਡਿਪਲੋਮਾ ਇਨ ਆਈ ਸੀ ਯੂ ਕੇਅਰ, ਡਿਪਲੋਮਾਜ਼ ਇਨ ਫਿਜ਼ੀਓਥੈਰੇਪੀ, ਲੈਬ ਟੈਕਨੀਸ਼ੀਅਨ, ਐਨਸਥੀਜ਼ੀਆ ਔਰ ਫਾਰਮੇਸੀ ਦੇ ਵਿੱਚ, ਸੋ ਇਸ ਤਰ੍ਹਾਂ ਤਕਰੀਬਨ 22 ਡਿਪਲੋਮਾ ਕੋਰਸਿਸ ਨੇ, ਡਾਇਲਿਸਿਸ ਟੈਕਨੀਸ਼ੀਅਨਸ, ਸੋ ਇਸ ਤਰ੍ਹਾਂ ਤਕਰੀਬਨ 22 ਡਿਪਲੋਮਾ ਕੋਰਸਿਸ ਨੇ ਜਿਹੜੇ ਕਿ ਰਜਿਸਟਰਡ ਨੇ ਔਰ ਉਹ ਹੋਸਪਿਟਲ ਦੇ ਵਿੱਚ ਔਰ ਨਰਸਿੰਗ ਕਾਲਜ ਦੇ ਵਿੱਚ ਸ਼ੁਰੂ ਕੀਤੇ ਗਏ ਨੇ। ਦੱਸ, ਇਹਨਾਂ ਚੀਜ਼ਾਂ ਦਾ ਭਾਵ ਕੋਵਿਡ-19 ਦੇ ਦੌਰਾਨ ਸਾਨੂੰ ਬਹੁਤ ਦੇਖਣ ਨੂੰ ਮਿਲਿਆ ਕਿ ਇਹ ਜਿਹੜੇ ਸਟਾਫਾਂ ਦੀ ਕਮੀ ਸੀਗੀ ਹੋਸਪਿਟਲਾਂ ਦੇ ਵਿੱਚ ਦੇਖਣ ਨੂੰ ਮਿਲੀ ਆ, ਕੀ ਕਹਿਣਾ ਚਾਹੋਗੇ ਕਿ ਜਿਹੜੇ ਕੋਰਸਿਸ ਬੱਚੇ ਕਰ ਜਾਂਦੇ ਆ ਤਾਂ ਉਹਨਾਂ ਨੂੰ ਨਾਲ ਦੀ ਨਾਲ ਹੀ, ਚਾਹੇ ਉਹ ਅਬਰੋਡ 'ਚ ਜਾਣ ਚਾਹੇ ਉਹ ਇੰਡੀਆ ਦੇ ਵਿੱਚ ਵੀ ਰਹਿਣ, ਤਾਂ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਸਕੋਪ ਨੇ ਕਿਉਂਕਿ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਇੰਡੀਆ ਦੇ ਵੀ ਦਿਨੋਂ ਦਿਨ ਜਿਹੜੀਆਂ ਹੈਗੀਆਂ ਹੋਰ ਵੱਧ ਰਹੀਆਂ? ਬਿਲਕੁਲ ਸਹੀ, ਕਿਉਂਕਿ ਜਿਹੜੀ ਚੀਜ਼ ਤੁਸੀਂ ਸਿੱਖ ਲਈ, ਜਿਹੜਾ ਹੁਨਰ ਤੁਸੀਂ ਲੈ ਲਿਆ, ਉਹ ਤਾਂ ਤੁਹਾਡੇ ਤੋਂ ਕਦੇ ਕੋਈ ਖੋ ਹੀ ਨਹੀਂ ਸਕਦਾ। ਸੋ ਇਹ ਕਿ ਪ੍ਰੈਕਟੀਕਲ ਟ੍ਰੇਨਿੰਗਸ ਨੇ, ਥਿਓਰੈਟੀਕਲ ਟ੍ਰੇਨਿੰਗਸ ਨੇ, ਜਿਹੜਾ ਤੁਸੀਂ ਇੱਕ ਹੁਨਰ ਇੱਕ ਵਾਰੀ ਸਿੱਖ ਲਓਗੇ, ਉਹ ਤਾਂ ਤੁਹਾਡੀ ਸਾਰੀ ਜ਼ਿੰਦਗੀ ਉਹਨੇ ਤਾਂ ਕੰਮ ਆਉਣਾ ਹੀ ਆਉਣਾ। ਤੁਸੀਂ ਕਿਤੇ ਵੀ ਰਹੋ, ਦੁਨੀਆ ਦੇ ਕਿਸੇ ਕੋਨੇ 'ਚ ਵੀ ਰਹੋ, ਇੱਥੇ ਰਹੋ, ਉੱਥੇ ਰਹੋ, ਤੁਸੀਂ ਉਹਨੂੰ ਆਪਣਾ ਪ੍ਰੋਫੈਸ਼ਨ ਬਣਾ ਸਕਦੇ ਹੋ। ਜਿਹੜੇ ਪ੍ਰੋਫੈਸ਼ਨ ਨਹੀਂ ਬਣਾ ਪਾਉਣਗੇ, ਹੋਬੀ ਬਣਾ ਸਕਣਗੇ, ਪ੍ਰੋਫੈਸ਼ਨ ਡੈਫੀਨੇਟਲੀ ਬਣ ਹੀ ਸਕਦਾ। ਇਹ ਡਿਪੈਂਡ ਕਰਦਾ ਕਿ ਬੰਦਾ ਉਹਦੇ ਵਿੱਚ ਕਿੰਨਾ ਕੁ ਪਾਰਟੀਸੀਪੇਟ ਕਰਨਾ ਚਾਹੁੰਦਾ ਔਰ ਕਿੰਨਾ ਕੁ ਉਹਨੂੰ ਸੀਰੀਅਸਲੀ ਲੈਂਦਾ। ਅਤੇ ਇਹ ਤਕਰੀਬਨ ਇਹ ਨਹੀਂ ਹੋਇਆ, ਹੁਣ ਇਹ ਵੋਕੇਸ਼ਨਲ ਟ੍ਰੇਨਿੰਗ ਕੋਰਸਿਸ ਹੋ ਗਏ, ਕਿ ਜ਼ਰੂਰੀ ਨਹੀਂ ਹੈ ਜਿਵੇਂ ਪਹਿਲਾਂ ਸੀਗਾ ਕਿ ਜਾਂ ਤੁਸੀਂ ਇੱਕ ਫੀਲਡ ਜਾਂ ਮੈਡੀਕਲ ਹੋਊਗਾ ਜਾਂ ਨੋਨ ਮੈਡੀਕਲ ਹੋਊਗਾ। ਸੋ ਹੁਣ ਇਹ ਬਹੁਤ ਸਾਰੇ ਫੀਲਡ ਹੈਲਥ ਸਰਵਿਸਿਜ਼ ਦੇ ਵਿੱਚ ਖੁੱਲ੍ਹ ਗਏ, ਕਿਉਂਕਿ ਜਿਹੜੇ ਨਾ ਹੈਲਥ ਦੇ ਵਿੱਚ ਵੀ ਇਟਸ ਅ ਟੀਮ ਵਰਕ। ਇਕੱਲਾ ਇੱਕ ਪਹਿਲਾਂ ਰਿਅਲਾਈਜ਼ ਹੋਇਆ ਕਿ ਡਾਕਟਰ ਤਾਂ ਆਪਣਾ ਕੰਮ ਕਰਦਾ ਹੀ ਹੈ, ਡਾਕਟਰ ਦੇ ਨਾਲ ਤਾਂ ਪਿੱਛੇ ਯੂ ਨੋ 20 ਬੰਦਿਆਂ ਦੀ ਟੀਮ ਹੁੰਦੀ ਹੈ ਇੱਕ ਡਾਕਟਰ ਦੇ ਨਾਲ, ਤਾਂ ਹੀ ਉਹਦੀ ਆਊਟਪੁੱਟ ਮੈਕਸੀਮਮ ਹੋ ਸਕਦੀ ਹੈ। ਸੋ ਇਸ ਵਾਸਤੇ ਹੈਲਥ ਸਰਵਿਸਿਜ਼ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਦੀ ਵੋਕੇਸ਼ਨਲ ਟ੍ਰੇਨਿੰਗ ਜਿੰਨੀ ਜਿਹਨੂੰ ਲੋੜ ਹੁੰਦੀ ਹੈ, ਸਾਨੂੰ CRCs ਵੀ ਚਾਹੀਦੇ ਹੁੰਦੇ ਆ, ਉਹਨਾਂ ਦੀ ਵੀ ਟ੍ਰੇਨਿੰਗ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਟ੍ਰੇਨਿੰਗਸ ਜਿਹੜੀਆਂ ਨੇ ਉਹ ਡਾਇਰੈਕਟਲੀ ਐਜ਼ ਏ ਕੋਆਰਡੀਨੇਟਰ ਉਹ ਦਿੱਤੀਆਂ ਜਾਂਦੀਆਂ, ਐਜ਼ ਰਿਸਰਚ ਦੀਆਂ ਵੀ, ਰਿਸਰਚ ਦੇ ਵਿੱਚ ਵੀ ਕੋਰਸਿਸ ਹੈ, ਡਿਪਲੋਮਾ ਕੋਰਸਿਸ ਹੈ, CRC ਦੀਆਂ ਉਹ ਵੀ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ। ਦੱਸ, ਜਿਵੇਂ ਸਿੱਧੂ ਹੋਸਪਿਟਲ ਮੋਹਰੀ ਰਿਹਾ ਹਰ ਚੀਜ਼ ਦੇ ਵਿੱਚ, ਔਰ ਤੁਸੀਂ ਬੜਾ ਦੁੱਖ ਦਰਦ ਹਰੇਕ ਬੰਦੇ ਦਾ ਵੰਡਦੇ ਹੋ, ਜੋ ਪੁਜੀਸ਼ਨ ਇਸ ਟਾਈਮ ਦੇ ਉੱਪਰ ਬਾਰਡਰ 'ਤੇ ਬੈਠੇ ਸਾਡੇ ਕਿਸਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ, ਹੈਲਥ ਦੇ ਨੂੰ ਲੈ ਕੇ ਪਰੇਸ਼ਾਨੀਆਂ ਆ ਰਹੇ ਨੇ, ਕਿਵੇਂ ਤੁਹਾਡੇ ਮਾਇੰਡ 'ਚ ਆਇਆ ਕਿ ਉਹਨਾਂ ਦੇ ਲਈ ਵੀ ਅਸੀਂ ਜਾ ਕੇ ਇੱਕ ਕੈਂਪ ਦਾ ਔਰਗਨਾਈਜ਼ ਕਰੀਏ, ਉੱਥੇ ਉਹਨਾਂ ਨੂੰ ਮੈਡੀਸਨਸ ਦੇਈਏ, ਔਰ ਉਹਨਾਂ ਭਰਾਵਾਂ ਨੂੰ ਜਿਹੜੇ ਤੁਹਾਡੇ ਹੀ ਭਰਾ ਨੇ, ਜਿਹੜੇ ਆਪਣੇ ਹੀ ਬ੍ਰਦਰ ਨੇ, ਜਿਹੜੇ ਆਪਣੇ ਘਰਾਂ 'ਚੋਂ ਗਏ ਹੋਏ ਨੌਜਵਾਨ ਬੱਚੇ ਨੇ, ਜਿਨ੍ਹਾਂ ਦੀ ਐਨਰਜੀ ਲੈਵਲਸ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਹਾਈ ਨੇ, ਔਰ ਉਹ ਸੇਵਾ ਦੇ ਵਿੱਚ ਲੱਗੇ ਨੇ, ਪੰਜਾਬ ਦੇ ਵਿੱਚ ਲੱਗੇ ਨੇ ਸੇਵਾ ਦੇ, ਪੰਜਾਬ ਦੇ ਲੋਕਾਂ ਦੀ ਸੇਵਾ ਕਰਨ 'ਚ ਲੱਗੇ ਨੇ, ਕਿਉਂਕਿ ਕਿਸਾਨੀ ਬਚ ਗਈ ਤਾਂ ਪੰਜਾਬ ਬਚ ਜਾਏਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਜੋ ਸ਼ਬਦ ਤੁਸੀਂ ਕਹੇ ਕਿ ਕਿਸਾਨੀ ਬਚ ਗਈ ਤਾਂ ਪੰਜਾਬ ਬਚ ਗਿਆ, ਔਰ ਪੰਜਾਬ ਤਾਂ ਹੈ ਹੀ ਕਿਸਾਨ, ਕਿਸਾਨ ਔਰ ਕਿਸਾਨੀ, ਪੰਜਾਬ ਤਾਂ ਬਿਲਕੁਲ ਹੈ ਹੀ ਸਾਰੀ
कंट्री दी ता फूड स्टॉक ता सारा पंजाब ही पंजाब है और असी ता सारे है ही किसान ता किसान ता मतलब ए साड़ी रूह ए साड़ी रूट्स साड़ा है ही सारा कुछ है ता वो कहंदे जय जवान जय किसान सो बीइंग फ्रॉम आर्मी बैकग्राउंड ऑलसो ते बेसिकली है ही फार्मर्स यू नो ओनू ता ओ ता साड़ा बेसिक जिन्हों असी कहने ना साड़ी ओ चीज़ है ता ओनू ता कोई भी चुटला नहीं सकता और ये ता मतलब साड़ा हक है एदे विच कोई भी होर दूसरी रह नहीं और कोई हक ता अपना ये लेना बहुत ही जरूरी है और असी ता सारे और इस वेले जो माहौल बनया होया एक बहुत ही अच्छा माहौल बनया होया जिहड़ा कि सारे वर्ल्ड ओवर तो इन्नी ज़्यादा सपोर्ट आ रही है तो ये तो हर जी जी सपोर्ट मतलब हरेक का मन करता कि भाई मैं करा मैं की कर सकता सो हरेक इंसान साड़ा तो मन हर चीज़ ले कर रहा है भी किस तरह असी जिस जिस तरह असी सपोर्ट कर सकते हैं असी सपोर्ट करिए तो ये बहुत लोगों ने सपोर्ट की असी भी उन्हां चो एक है बंद लगाना असी काम तो असी करना असी बंद वाले दिन भी सारिया ने हरिया पट्टियां बन के बंद नू भी सपोर्ट किया काम भी किया क्योंकि असी अपने ही भैन भरावान उन्हों की ही सेवा करनी है सो ये जरूर यदा नतीजा जड़ा है बहुत अच्छा निकलेगा मैं बहुत ही आशावान हाँ कि जी वार्तालाप न जी गल सोल्व हो जाए जी शांति गल सोल्व हो जाए वो वर्गी तो कोई रीस ही नहीं होंगी ये डेमोक्रेटिक कंट्री है ये साड़ी अपनी थां है ये साड़ा अपना हक है ये तो सानू हर हालत मिलना ही चाहिए और कैंप के बारे की कहना चाहोगे जो माइंड है बिल्कुल तो असी तो त्यार बार त्यार बैठे हैं कि असी कैंप करना है और असी वी आर ऑल रेडी टू शूट एवरीथिंग तो असी हर तरह दवाइयां द्वारा लंगर और कैंप दे विच असी बढ़ चढ़ के असी सब ने उत्थे बॉर्डर ते जाके असी पार्टिसिपेट करना है की तुहाडा मैसेज रहूगा जिदा तुसी अपने आप नू एक पॉजिटिविटी सीडेटिव नहीं हो और जिदा ये एक बहुत वड्डी जिहड़ी हैगी लड़ाई अपने किसान लड़ रहे ने भरा लड़ रहे ने और तुसी बड़ी एनर्जेटिकली हर चीज़ दे विच हिस्सा लेंदे हो चाहे वह गुरपुरब हो चाहे वह कोई भी चीज़ हो की कहना चाहोगे सारे डॉक्टर भाईचारे नू भी की कहना चाहोगे यार तुसी केवल डॉक्टर भाईचारा नाल है IMA ने बिल्कुल हर टोटल IMA ने बहुत अच्छा जिहड़ा बंद दे नाल सपोर्ट करन दा उदन सीगा ये सारे IMA प्रेजिडेंट वालों सीगा ऑल ओवर इंडिया सीगा कि भई ये ग्रीन बैंड्स करके सारे डॉक्टर्स ने इस चीज़ का ये बंद का जिहड़ा है पार्टिसिपेट करना है ग्रीन बैंड्स दे नाल और एक एक डॉक्टर ऑल पार्टिसिपेंट्स ऑफ IMA सारे इस चीज़ के विच नाल ने क्योंकि ये तो मतलब मेरे को शब्द छोटे पै रहे ने ये तो साड़ा हक है जिन्हों कह दिए कि जमांदरू हक है ये तो हरेक बंदा इस चीज़ के नाल है एक नॉन पोलिटिकल चीज़ है ये एक बेसिक ह्यूमैनिटेरियन एक हक जिहड़ा है वो ये कोई रिलीजन नहीं है ये कोई पॉलिटिक्स नहीं है ये सिर्फ एक किसानी का एक जिहड़ा बेसिक हक है वह मंग ही नहीं रहे कुछ वो तो कहते भी तुसी सानू जो पहला सी वो ही कर दो डिमांड ही कोई है नहीं ज्यादा हो ना कोई मंग रहा कोई चीज़ अगले तो कुछ खो रहे हो वो तो कुछ कह रहे भाई कुछ भी नहीं चाहिए सानू गल तो यह है कि भाई सानू कुछ चाहिए नहीं है अगला मंग ही नहीं रहा तुसी जबरदस्ती वो उपर क्यों ठोसोंगे और मेरी फिर यही हैगी है अपील कि भाई गवर्नमेंट जरूर कुछ ना कुछ वार्तालाप करके ये तो हक है जो हुण बच्चे ने रोना तो उन्हें सरकार दे मुँह कोले जाके रोना उन्होंने अपना और उन्होंने अपील करनी और उन्होंने बेसिक हक है और जिवें माँ प्यो सुनवाई करता सरकार नू सुनवाई करन दा सरकार दा बिल्कुल फर्ज है वो इस फर्ज़ तो पिछे बिल्कुल भी हटना नहीं चाहिए और यू एक शांतमई तरीके दे नाल वार्तालाप दे नाल ही इहदा रेजोल्यूशन हो जाना चाहिए डॉक्टर सिद्धू होस्पिटल जिहड़ा सर्जरी दे लई मन्निया होया और पिछले लंबे समय तो सर्जरियां करदा आ रहा जिहड़ा हुण गवर्नमेंट ने आयुर्वेदिक दे विच भी सर्जरी दा जिहड़ा कीता उहदे बारे की कहना चाहोगे IMA ने भी बहुत वारी कहा कि देखो तुसी इहनूं जिहड़ी मिक्सोपैथी है ये बिल्कुल गलत चीज़ हैगी है वह जिहड़ी उहनूं उहदे आयुर्वैदिक अपने आप दे विच एक डिफरेंट फील्ड है
ਉਹ ਇਹ 'ਚ ਕੋਈ ਮਤਲਬ ਡਿਫਰੈਂਸ ਨਹੀਂ ਹੈਗਾ। ਹੋਮਿਓਪੈਥੀ ਆਪਣੀ ਜਗ੍ਹਾ ਇੱਕ ਬਹੁਤ ਅੱਛਾ ਡਿਸਿਪਲਿਨ ਹੈ, ਆਯੁਰਵੈਦਿਕ ਆਪਣੀ ਜਗ੍ਹਾ ਇੱਕ ਬਹੁਤ ਅੱਛਾ ਡਿਸਿਪਲਿਨ ਹੈ, ਐਲੋਪੈਥੀ ਦੀ ਵਰਲਡ ਵਾਈਡ ਇੱਕ ਪਛਾਣ ਹੈਗੀ ਹੋਈ ਹੈ। ਤਾਂ ਹੀ ਤਾਂ ਜਦੋਂ ਜੋ ਵੀ ਕੁਛ ਹੁਣ ਕੋਵਿਡ ਨੇ ਟ੍ਰੀਟਮੈਂਟ ਕੀਤਾ, ਕੋਵਿਡ ਦਾ ਟ੍ਰੀਟਮੈਂਟ ਕਿੱਥੇ ਹੋਇਆ? ਐਲੋਪੈਥਿਕ ਮੈਡੀਸਿਨਸ ਨਾਲ ਹੋਇਆ। ਜਦੋਂ ਕੋਈ ਮਰ ਰਿਹਾ ਉਦੋਂ ਤੁਸੀਂ ਐਲੋਪੈਥਿਕ ਨਾਲ ਹੈ, ਅਤੇ ਜਿਹੜੇ ਬੰਦੇ ਦਾ ਜਿਹੜੀ ਪੜ੍ਹਾਈ ਉਹਦੀ ਆਯੁਰਵੈਦਿਕ ਹੈ, ਉਹਦਾ ਉੱਧਰ ਕੋਈ ਕੰਮ ਨਹੀਂ ਬਣਦਾ ਉਸ ਚੀਜ਼ ਦੇ ਵਿੱਚ। ਇਹਨੂੰ ਮਿਕਸੋਪੈਥੀ ਇਹ ਬਿਲਕੁਲ ਹੀ ਗਲਤ ਚੀਜ਼ ਹੈ। ਇਹ ਤਾਂ ਬਿਲਕੁਲ ਮਤਲਬ ਜਿੰਨਾ ਗਲਤ ਚੀਜ਼ ਹੋ ਰਹੀ ਹੈ, ਇਹਨੂੰ ਮੈਨੂੰ ਸਮਝ ਨਹੀਂ ਆ ਰਹੀ ਕਿ ਬਈ ਕਿਉਂ ਇਹ ਇਸ ਤਰ੍ਹਾਂ ਕਰ ਰਹੇ ਨੇ। ਆਪਣੀ ਆਪਣੀ ਚੀਜ਼ ਵਿੱਚ ਉਹਨੂੰ ਵਧਾਇਆ ਜਾਵੇ। ਆਯੁਰਵੈਦਿਕ ਨੂੰ ਤਾਂ ਇੱਦਾਂ ਸਪਰੈਸ ਕਰ ਦੋਗੇ ਤੁਸੀਂ, ਐਲੋਪੈਥੀ ਤਾਂ ਉਹਨੂੰ ਟੋਟਲੀ, ਕਿਉਂਕਿ ਜਦੋਂ ਆਯੁਰਵੈਦਿਕ ਵਾਲਾ ਬੰਦਾ ਵੀ ਐਲੋਪੈਥੀ ਪ੍ਰੈਕਟਿਸ ਕਰ ਰਿਹਾ ਤਾਂ ਆਯੁਰਵੈਦਿਕ ਕਿੱਥੇ ਗਈ? ਉਹ ਤਾਂ ਐਲੋਪੈਥਿਕ ਮੈਡੀਸਨ ਯੂਜ਼ ਕਰ ਰਿਹਾ। ਉਹ ਸਰਜਰੀ ਕੋਈ ਖਾਲਾ ਜੀ ਦਾ ਘਰ ਪਿਆ ਕਿ ਸਰਜਰੀ ਤੁਸੀਂ ਸਰਜਰੀ ਆਰਾਮ ਨਾਲ ਕੋਈ ਵੀ ਬੰਦਾ ਸਰਜਰੀ ਕਰ ਲੂਗਾ। ਇਹਦੇ ਨਾਲ ਕੀ ਹੋਊਗਾ ਕਿ ਲੋਕਾਂ ਧੱਕਾ ਹੋਊਗਾ, ਲੋਕਾਂ ਦੇ ਐਕਸੀਡੈਂਟ ਸਰਜੀਕਲ ਐਕਸੀਡੈਂਟਸ ਜ਼ਿਆਦਾ ਹੋਣਗੇ, ਲੋਕਾਂ ਦੀਆਂ ਸਿਹਤਾਂ ਜ਼ਿਆਦਾ ਖਰਾਬ ਹੋਣਗੀਆਂ। ਉਹ ਜਿਹੜੀ ਚੀਜ਼ ਦੀ ਇੱਕ ਇੱਕ ਟੈਕਨੀਕ ਨੂੰ ਮਾਰ ਕਰਦੇ, ਨਿਊਰੋਸਰਜਨਸ ਨੂੰ, ਲੈਪਰੋਸਕੋਪਿਕ ਸਰਜਨਸ ਨੂੰ ਇੱਕ ਇੱਕ ਟੈਕਨੀਕ ਨੂੰ ਸਿੱਖਦੇ ਸਾਲੋ ਸਾਲ ਲੱਗ ਜਾਂਦੇ ਆ, ਉਹਨੂੰ ਤੁਸੀਂ ਕਹੋ ਕਿ ਕੋਈ ਵੀ ਬੰਦਾ ਹੁਣ ਇਸ ਤਰ੍ਹਾਂ ਕਰ ਲੂਗਾ, ਇਹ ਤਾਂ ਚੀਜ਼ ਪੋਸੀਬਲ ਨਹੀਂ ਹੈਗੀ। ਔਰ ਇਸ ਚੀਜ਼ ਨੂੰ ਹਰੇਕ ਚੀਜ਼ ਜਿਵੇਂ ਇੱਕ ਗੁਲਦਸਤੇ ਦੇ ਵਿੱਚ ਅੱਡ ਅੱਡ ਫੁੱਲ ਨੇ, ਉਹਨਾਂ ਨੂੰ ਅੱਡ ਅੱਡ ਤਰ੍ਹਾਂ ਨਾਲ ਸਜਾਓ। ਤੁਸੀਂ ਆਯੁਰਵੈਦਿਕ ਆਪਣੇ ਆਪ 'ਚ ਤਾਂ ਹੀ ਵੱਡੀ ਪਛਾਣ ਬਣਾਊਗਾ ਜਦੋਂ ਉਹ ਇੱਕ ਆਯੁਰਵੈਦਾਚਾਰਿਆ ਦੇ ਤੌਰ 'ਤੇ ਪ੍ਰੈਕਟਿਸ ਕਰੂਗਾ। ਉਹਦੀ ਆਪਣੀ ਪਛਾਣ, ਉਹਦੀ ਆਪਣੀ ਹੋਂਦ ਨੂੰ ਇੱਦਾਂ ਖਤਮ ਕੀਤਾ ਜਾ ਰਿਹਾ। ਔਰ ਐਲੋਪੈਥੀ ਦੇ ਵਿੱਚ ਮਿਕਸ ਕਰਕੇ ਉਹਦਾ ਹਰ ਚੀਜ਼ ਡਾਇਲਿਊਟ ਹੋ ਜੂਗੀ। ਇਹ ਅੱਡ ਅੱਡ ਗੁਲਦਸਤੇ ਨੇ। ਹੋਮੋਪੈਥਿਕ ਆਪਣਾ ਇੱਕ ਫੁੱਲ ਵਾਂਗੂ ਵਧੇ, ਆਯੁਰਵੈਦਿਕ ਆਪਣੇ ਇੱਕ ਡਿਫਰੈਂਟ ਫੁੱਲ ਵਾਂਗੂ ਵਧੇ, ਐਲੋਪੈਥੀ ਤਾਂ ਆਪਣੀ ਸਟੈਂਡ ਵਰਲਡ ਵਾਈਡ ਹੈਗੀ, ਆਯੁਰਵੈਦਿਕ ਇੰਡੀਆ ਦੀ ਇੱਕ ਸੁਪੀਰੀਅਰ ਪੱਧਤੀ ਰਹੀ ਹੈ, ਹੈਗੀ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਪਰ ਜਿਹੜੀ ਚੀਜ਼ ਜਿੱਥੇ ਕੰਮ ਕਰਦੀ ਹੈ, ਆਯੁਰਵੈਦਿਕ ਸਰਜਰੀ ਦਾ ਉਹਦਾ ਕੋਈ ਮਕਸਦ ਨਹੀਂ ਹੈਗਾ, ਹੋਮੋਪੈਥੀ ਸਰਜਰੀ 'ਚ ਕਦੇ ਨਹੀਂ ਆਉਂਦੀ, ਉਹ ਕਦੇ ਕਨਫਿਊਜ਼ ਨਹੀਂ ਕਰਦੇ ਉਸ ਚੀਜ਼ ਨੂੰ। ਸੋ ਜਿਹੜੀ ਚੀਜ਼ ਜਿੱਥੇ ਅੱਛੀ ਹੈ, ਜਿਹੜੀ ਚੀਜ਼ ਲਈ ਅੱਛੀ ਹੈ, ਉਹਨੂੰ ਉਹਦੇ ਵਾਸਤੇ ਰੱਖਣਾ ਚਾਹੀਦਾ ਕਿ ਆਹ ਚੀਜ਼ ਦਾ ਹੈ, ਇਹਨੂੰ ਉੱਥੇ ਕਰ ਲਓ। ਇਹ ਬਿਲਕੁਲ ਹੀ ਸਰਕਾਰ ਨੂੰ ਇਮੀਡੀਏਟ ਇਸ ਚੀਜ਼ ਲਈ ਧਿਆਨ ਦੇਣਾ ਚਾਹੀਦਾ। ਸਾਰੇ ਡਾਕਟਰਸ ਇਸ ਚੀਜ਼ 'ਤੇ ਬਹੁਤ ਦੁਖੀ ਨੇ। ਇਹ ਮਤਲਬ ਘਸਮਾਣ ਜਿਹਾ ਪਾਉਣ ਵਾਲਾ ਗੱਲ ਹੈ, ਇਹਦੇ ਵਿੱਚ ਕਿਸੇ ਦਾ ਵੀ ਫਾਇਦਾ ਨਹੀਂ ਹੋਣਾ, ਸਾਰਿਆਂ ਦਾ ਹੀ ਨੁਕਸਾਨ ਹੋਣਾ। ਔਰ ਸਭ ਤੋਂ ਜ਼ਿਆਦਾ ਨੁਕਸਾਨ ਆਯੁਰਵੈਦਿਕ ਦਾ ਹੋਣਾ, ਕਿਉਂਕਿ ਉਹਨੇ ਵਧਣਾ ਫੁੱਲਣਾ ਹੀ ਨਹੀਂ, ਸਾਰੇ ਦੇ ਸਾਰੇ ਉਹੀ ਚਾਰ ਗੋਲੀਆਂ ਲਿਖਣ ਲੱਗ ਜਾਣਗੇ ਜਿੰਨੀਆਂ ਕੁ ਲਿਖ ਰਹੇ ਨੇ ਓ ਪੀ ਡੀ ਪ੍ਰੈਕਟਿਸ ਦੇ ਵਿੱਚ, ਫਿਰ ਉਹ ਜੈਨਰਿਕ ਮੈਡੀਸਨ, ਔਰ ਫਿਰ ਉਹ ਕਿੱਥੋਂ ਪੇਸ਼ੈਂਟਸ ਨੂੰ ਆਰਾਮ ਆ ਜੂਗਾ। ਡਾਕਟਰ ਸਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਅਸੀਂ ਇਸ ਚੈਨਲ ਦੇ ਮਾਧਿਅਮ 'ਤੇ ਤੁਹਾਡੇ ਨਾਲ ਹਮੇਸ਼ਾ ਹਰ ਚੀਜ਼ ਜਿਹੜੀ ਸ਼ੇਅਰ ਕਰਦੇ ਹੈਗੇ। ਅੱਜ ਵੀ ਤੁਸੀਂ ਜਿਸ ਤਰੀਕੇ ਨਾਲ ਨਵੇਂ ਕੋਰਸਿਸ ਲੈ ਕੇ ਆਏ ਸੀ, ਔਰ ਜੋ ਡਾਕਟਰਾਂ ਦੀਆਂ ਤਕਲੀਫਾਂ ਹੁੰਦੀਆਂ ਤੁਸੀਂ ਹਮੇਸ਼ਾ ਹਰ ਹਰ ਪ੍ਰੋਫੈਸ਼ਨ ਦੇ ਨਾਲ ਖੜ੍ਹਦੇ ਹੋ, ਕਿਸਾਨਾਂ ਨਾਲ ਵੀ ਖੜ੍ਹਦੇ ਹੋ, ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।